ਦੀਵਾਲੀ ਮਗਰੋਂ ਮਨਾਇਆ ਜਾਣ ਵਾਲਾ ਅਨਕੂਟ ਉਤਸਵ ਜਾਣੀ 56 ਪੋਗ ਸਮਾਗਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਵਿੱਚ ਪੈਂਦੇ ਸਵਾਮੀ ਨਾਰਾਇਣ ਮੰਦਿਰ ਅਕਸ਼ਰ ਧਾਮ ਵਿਖੇ ਕਰਵਾਇਆ ਗਿਆ ਮੰਦਰ ਦੇ ਨੁਮਾਇੰਦੇ ਦਿਨੇਸ਼ ਪਟੇਲ ਨੇ ਦੱਸਿਆ ਕਿ ਸਵੇਰ ਵੇਲੇ ਗੋਵਰਧਨ ਪर्वਤ ਦੀ ਆਰਾਧਨਾ ਨਾਲ ਇਹ ਸਮਾਗਮ ਸ਼ੁਰੂ ਹੋਇਆ ਅਤੇ ਅਨਕੂਟ ਦੇ ਦਰਸ਼ਨ देर शाम ਤੱਕ ਹੁੰਦੇ ਰਹਿਣਗੇ ਬੀਏਪ ਸਵਾਮੀ ਨਾਰਾਇਣ ਭਾਈਚਾਰੇ ਦੀ ਅਗਵਾਈ ਹੇਠ ਇਹ ਸਮਾਗਮ ਅੱਜ ਸਮੁੱਚੀ ਦੁਨੀਆ ਦੇ ਮੰਦਰਾਂ ਵਿੱਚ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ